ਹਾਂਜੀ, ਸਿੰਘ ਡਾਕੂਮੈਂਟ ਪੁਆਇੰਟ ਬੇਕਰੀ ਯੂਟਿਊਬ ਚੈਨਲ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਦੱਸਣ ਜਾ ਰਹੇ ਹਾਂ ਕਿ ਬਹੁਤ ਸਾਰੇ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਵਿੱਚ ਬੈਕਲੋਗ ਐਂਟਰੀ ਬਾਰੇ ਥੋੜ੍ਹੀ ਜਿਹੀ ਅਪਡੇਟ ਦਿੱਤੀ ਜਾਵੇ ਕਿ ਪੰਜਾਬ ਦੇ ਵਿੱਚ ਬੈਕਲੋਗ ਐਂਟਰੀ ਜਿਹੜੀ ਆ ਉਹਦੇ ਉੱਤੇ ਨਵੀਂ ਅਪਡੇਟ ਕੀ ਹੈਗੀ ਆ, ਕਿਉਂਕਿ ਸਾਲ ਹੀ ਹੋ ਗਿਆ, ਸਾਲ ਤੋਂ ਉੱਪਰ ਹੀ ਟਾਈਮ ਹੋ ਚੱਲਿਆ ਪੰਜਾਬ ਦੇ ਵਿੱਚ ਬੈਕਲੋਗ ਐਂਟਰੀ ਜਿਹੜੀ ਆ ਉਹ ਬੰਦ ਹੋਈ ਨੂੰ। ਅਤੇ ਬਹੁਤ ਸਾਰੇ ਵੀਰਾਂ ਦੀਆਂ ਗੱਡੀਆਂ ਇਹਦੇ ਵਿੱਚ ਪਈਆਂ ਹੋਈਆਂ ਕਿ ਜਿਨ੍ਹਾਂ ਦੀ ਬੈਕਲੋਗ ਐਂਟਰੀ ਕਰਵਾਉਣ ਵਾਲੀਆਂ। ਬੈਕਲੋਗ ਐਂਟਰੀ ਦਾ ਮੈਂ ਫਿਰ ਇੱਕ ਵਾਰੀ ਤੁਹਾਨੂੰ ਦੱਸਦਾ ਵੀ ਬੈਕਲੋਗ ਐਂਟਰੀ ਹੁੰਦੀ ਸੀ ਕਿ ਜਿਹੜੀਆਂ ਪੁਰਾਣੀਆਂ 7-8 ਮਾਡਲ 9 ਦੇ ਵਿੱਚ ਜਿਹੜੀਆਂ ਕਾਪੀ ਵਾਲੀਆਂ ਆਰਸੀਆਂ ਹੁੰਦੀਆਂ ਸੀ ਉਹਨੂੰ ਅਸੀਂ ਔਨਲਾਈਨ ਕਰਵਾਉਂਦੇ ਹਾਂ ਉਹਦਾ ਡਾਟਾ, ਅਤੇ ਉਹਨੂੰ ਅਸੀਂ ਬੈਕਲੋਗ ਐਂਟਰੀ ਜਿਹੜੀ ਉਹ ਕਹਿੰਦੇ ਹਾਂ। ਅਤੇ ਬੈਕਲੋਗ ਐਂਟਰੀ 'ਤੇ ਅੱਜ ਅਸੀਂ ਗੱਲ ਕਰਨੀ ਆ ਕਿ ਬੈਕਲੋਗ ਐਂਟਰੀ ਦੇ ਬੈਨੀਫਿਟ ਕੀ ਹੈਗੇ ਸੀ ਅਤੇ ਰਿਨਿਊਅਲ ਹੋ ਰਹੀ ਹੈ ਜਾਂ। ਸਾਰੀ ਇਨਫੋਰਮੇਸ਼ਨ ਇਸ ਵੀਡੀਓ ਵਿੱਚ ਤੁਹਾਨੂੰ ਦੇਵਾਂਗੇ, ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਾਚ ਕਰ ਲਿਓ, ਠੀਕ ਹੈ ਜੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਬੈਕਲੋਗ ਐਂਟਰੀ ਦੇ ਬੈਨੀਫਿਟ, ਬੈਨੀਫਿਟ ਹੀ ਆਪਣੇ ਕੋਲ ਬੈਨੀਫਿਟ ਇਹੋ ਹੀ ਹੈਗੇ ਆ ਕਿ ਤੁਸੀਂ HSRP ਉਹਨੂੰ ਲਗਵਾ ਸਕਦੇ ਸੀ, ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਤੁਸੀਂ ਉਹਨੂੰ ਰਿਨਿਊਅਲ ਕਰਾਉਣਾ ਤਾਂ ਤੁਹਾਨੂੰ ਬੈਕਲੋਗ ਐਂਟਰੀ ਦੀ ਜ਼ਰੂਰਤ ਪੈਂਦੀ ਸੀ, ਠੀਕ ਹੈ ਜੀ। ਬੈਕਲੋਗ ਐਂਟਰੀ ਹੋਵੇ ਤਾਂ ਤੁਸੀਂ ਰਿਨਿਊਅਲ ਵੀ ਕਰਾ ਸਕਦੇ ਹੋ, ਟ੍ਰਾਂਸਫਰ ਕਰਾ ਸਕਦੇ ਹੋ। ਬਿਨਾਂ ਬੈਕਲੋਗ ਐਂਟਰੀ ਤੋਂ ਤੁਸੀਂ ਟ੍ਰਾਂਸਫਰ ਨਹੀਂ ਕਰਾ ਸਕਦੇ, ਰਿਨਿਊਅਲ ਨਹੀਂ ਕਰਾ ਸਕਦੇ, ਲੋਨ ਕੈਂਸਲ ਨਹੀਂ ਕਰਾ ਸਕਦੇ, ਮੀਨਿੰਗ ਕਿ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਬੈਕਲੋਗ ਐਂਟਰੀ ਤੋਂ ਬਿਨਾਂ, ਠੀਕ ਹੈ ਜੀ। ਇਹ ਬੈਨੀਫਿਟ ਹੈਗੇ ਆ, ਨੰਬਰ ਪਲੇਟ ਨਹੀਂ ਲੱਗ ਸਕਦੀ। ਅਤੇ ਉਸ ਤੋਂ ਬਾਅਦ ਆ ਜਾਂਦਾ ਦੂਸਰਾ ਕਿ ਅਸੀਂ ਰਿਨਿਊਅਲ ਕਰਾ ਸਕਦੇ ਹਾਂ। ਜਿਵੇਂ ਕਿ ਮੈਂ ਪਹਿਲੇ ਦੇ ਵਿੱਚ ਦੱਸਿਆ ਕਿ ਨਾ ਅਸੀਂ ਰਿਨਿਊਅਲ, ਨਾ ਹੀ ਅਸੀਂ ਟ੍ਰਾਂਸਫਰ, ਨਾ ਹੀ ਅਸੀਂ ਲੋਨ ਕੈਂਸਲ, ਕੋਈ ਵੀ ਕੰਮ ਨਹੀਂ ਕਰ ਸਕਦੇ। ਅਤੇ ਇਹਦੇ ਵਿੱਚ ਅਸੀਂ ਰਿਨਿਊਅਲ ਵੀ ਨਹੀਂ ਕਰ ਸਕਦੇ ਬੈਕਲੋਗ ਐਂਟਰੀ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਲਓ ਕਾਪੀ ਵਾਲੀਆਂ ਆਰਸੀਆਂ ਹੁੰਦੀਆਂ ਸੀ, ਇਵੇਂ ਆਰਸੀਆਂ ਜਿਹੜੀਆਂ ਉਹ ਹੈਗੀਆਂ ਅਤੇ ਇਹ ਬੈਕਲੋਗ ਐਂਟਰੀ ਜਿਹੜੀ ਹੋਣ ਵਾਲੀਆਂ ਹੈਗੀਆਂ ਸੀ। ਅਤੇ ਉਸ ਤੋਂ ਬਾਅਦ HSRP ਵੀ ਅਸੀਂ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਡਾਟਾ ਹੀ ਔਨਲਾਈਨ ਨਹੀਂ ਹੈਗਾ, ਪਰਵਾਹਾਂ ਦੀ ਸਾਈਟ 'ਤੇ ਸਾਡਾ ਡਾਟਾ ਹੀ ਅਪਡੇਟ ਨਹੀਂ ਹੈਗਾ। ਅਤੇ ਉਸ ਟਾਈਮ ਜਦੋਂ ਅਸੀਂ ਉਹਨੂੰ ਅਪਲਾਈ ਕਰਾਂਗੇ ਤਾਂ ਉਸ ਟਾਈਮ 'ਤੇ ਡਾਟਾ ਜਿਹੜਾ ਨਹੀਂ ਚੱਕੇਗਾ, ਅਤੇ ਇਸ ਲਈ ਅਸੀਂ ਨੰਬਰ ਪਲੇਟਾਂ ਵੀ ਅਪਲਾਈ ਨਹੀਂ ਕਰ ਸਕਦੇ। ਅਤੇ ਉਸ ਤੋਂ ਅੱਗੇ ਇੱਕ ਲਾਸਟ ਫਾਈਨਲ ਗੱਲ ਰਹਿ ਜਾਂਦੀ ਹੈ ਕਿ ਬੈਕਲੋਗ ਐਂਟਰੀਆਂ 'ਤੇ ਕੀ ਅਪਡੇਟ ਹੈਗੀ ਆ। ਸੋ ਬੈਕਲੋਗ ਐਂਟਰੀਆਂ ਜਿਹੜੇ ਹਿਸਾਬ ਨਾਲ ਅਸੀਂ ਦੇਖਦੇ ਹਾਂ ਕਿ ਕੋਈ ਵੀ ਅਪਡੇਟ ਨਹੀਂ ਆ ਰਹੀ ਬੈਕਲੋਗ ਐਂਟਰੀਆਂ ਨੂੰ ਲੈ ਕੇ, ਅਤੇ ਮੁਸ਼ਕਲ ਵਾਲਾ ਹੀ ਹਾਲਾਤ ਲੱਗਦੇ ਆ ਕਿ ਬੈਕਲੋਗ ਐਂਟਰੀ ਜਿਹੜੀ ਪੰਜਾਬ ਦੇ ਵਿੱਚ ਹੋਵੇਗੀ। ਅਤੇ ਬਾਕੀ ਸੂਬਿਆਂ ਦੀ ਗੱਲ ਕਰੀਏ ਜਿਵੇਂ ਚੰਡੀਗੜ੍ਹ ਹੈਗਾ, ਚੰਡੀਗੜ੍ਹ ਵੀ ਚੱਲ ਰਹੀ ਹੈ, ਹਿਮਾਚਲ ਦੇ ਵਿੱਚ ਵੀ ਹੋ ਰਹੀ ਹੈ, ਹਰਿਆਣੇ ਦੇ ਵਿੱਚ ਵੀ ਹੋ ਰਹੀ ਹੈ, ਸਿਰਫ ਅਤੇ ਸਿਰਫ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਬੈਕਲੋਗ ਐਂਟਰੀ ਜਿਹੜੀ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ, ਠੀਕ ਹੈ ਜੀ। ਕਿਉਂਕਿ ਪੈਂਡਿੰਗ ਕੰਮ ਜ਼ਿਆਦਾ ਹੋ ਗਿਆ ਸੀ ਬੈਕਲੋਗ ਐਂਟਰੀਆਂ, ਕਿਉਂਕਿ ਔਨਲਾਈਨ ਸਿਸਟਮ ਹੈਗਾ ਸੀ ਬੈਕਲੋਗ ਐਂਟਰੀ ਕਰਨ ਦਾ, ਅਤੇ ਉਹਦੇ ਕਾਰਨ ਹੀ ਉਹਨਾਂ ਨੂੰ ਬੰਦ ਜਿਹੜਾ ਕਰਨਾ ਪਿਆ, ਕਿਉਂਕਿ ਇੰਨਾ ਸਿਸਟਮ ਜਿਹੜਾ ਪੁਰਾਣਾ, ਕਿਉਂਕਿ ਬੈਕਲੋਗ ਐਂਟਰੀ ਕਰਵਾਉਣ ਤੋਂ ਬਾਅਦ ਸਾਨੂੰ MVI ਤੋਂ ਵੈਰੀਫਾਈ ਕਰਵਾਉਣਾ ਪੈਂਦਾ ਸੀ ਆਪਣਾ ਗੱਡੀ ਜਿਹੜੀ ਆ ਆਪਣੀ ਉਹਨੂੰ ਪੂਰੀ ਵੈਰੀਫਾਈ ਕਰਵਾਉਣਾ ਪੈਂਦਾ ਸੀ। ਤਾਂ ਉਹ ਪੁਰਾਣੇ ਰਜਿਸਟਰ ਤੋਂ ਰਿਕਾਰਡ ਚੈੱਕ ਕਰਕੇ ਸਾਰੇ ਫੇਰ ਹੀ ਉਹ ਵੈਰੀਫਾਈ ਕਰਦੇ, ਫੇਰ ਹੀ ਸਾਡੇ ਵਹੀਕਲ ਜਿਹੜਾ ਉਹ ਔਨਲਾਈਨ ਉਹ ਹੁੰਦਾ ਹੈਗਾ ਸੀ। ਸੋ ਇਹੋ ਹੀ ਹੈ ਕਿ ਜੇਕਰ ਖੁੱਲ੍ਹੇਗਾ ਵੀ ਸਿਸਟਮ ਪੰਜਾਬ ਦੇ ਵਿੱਚ ਬੈਕਲੋਗ ਐਂਟਰੀ ਦਾ, ਤਾਂ ਇਹ ਔਨਲਾਈਨ ਪੋਰਟਲ 'ਤੇ ਨਹੀਂ ਦਿਖੇਗਾ, ਇਹ ਸਿਰਫ ਅਤੇ ਸਿਰਫ ਤੁਹਾਨੂੰ RTO ਆਫਿਸ ਦੇ ਵਿੱਚੋਂ ਹੀ ਤੁਹਾਨੂੰ ਬੈਕਲੋਗ ਐਂਟਰੀ ਜਿਹੜੀ ਕਰਵਾਉਣੀ ਪਵੇਗੀ। ਫਿਲਹਾਲ ਤਾਂ ਕੋਈ ਅਪਡੇਟ ਨਹੀਂ ਹੈਗੀ ਇਹਦੇ ਵਿੱਚ ਕਿ ਬੈਕਲੋਗ ਐਂਟਰੀ ਕਦੋਂ ਆਉਣੀ ਹੈ, ਕਿਉਂਕਿ ਕੋਈ ਚਾਂਸ ਤਾਂ ਨਹੀਂ ਲੱਗ ਰਹੇ। 10% 15% ਚਾਂਸ ਹੈਗੇ 100 ਦੇ ਵਿੱਚੋਂ ਕਿ ਬੈਕਲੋਗ ਐਂਟਰੀ ਜਿਹੜੀਆਂ ਉਹ
ਹੋ ਸਕਦੀਆਂ ਸਟਾਰਟ, ਨਹੀਂ ਤਾਂ ਬੈਕਲੋਗ ਐਂਟਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਫਿਲਹਾਲ ਜਿਹੜੀਆਂ ਬੰਦ ਹੈਗੀਆਂ, ਠੀਕ ਹੈ ਜੀ। ਸੋ ਜਿਹਨਾਂ ਦੇ ਰਿਨਿਊਵਲ ਰਹਿ ਗਏ ਸੀ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ, ਗੱਡੀਆਂ ਪਾਸਿੰਗ ਕਰਾਉਣੀਆਂ ਸੀ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ, ਨੰਬਰ ਪਲੇਟ ਨਹੀਂ ਲੱਗ ਰਹੀ ਕਿਉਂਕਿ ਉਹ ਤੋਂ ਬਿਨਾਂ ਤਾਂ ਅਸੀਂ ਨੰਬਰ ਪਲੇਟ ਨਹੀਂ ਲਗਵਾ ਸਕਦੇ, ਠੀਕ ਹੈ ਜੀ। ਸੋ ਇੰਨੀ ਸੀ ਵੀਡੀਓ ਦੇ ਵਿੱਚ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਦੇਣੀ, ਠੀਕ ਹੈ ਜੀ। ਮੈਂ ਆਸ ਕਰਦਾ ਵੀ ਤੁਹਾਨੂੰ ਜਿਹੜੇ ਤੁਸੀਂ ਵਾਰ ਵਾਰ ਕਮੈਂਟ ਕਰ ਰਹੇ ਹੋ ਕਿ ਬੈਕਲੋਗ ਐਂਟਰੀ ਨੂੰ ਲੈ ਕੇ, ਉਹ ਤੁਹਾਡੇ ਮੁਸ਼ਕਲ ਦਾ ਹੱਲ ਵੈਸੇ ਨਿਕਲਿਆ ਤਾਂ ਨਹੀਂ, ਕਿਉਂਕਿ ਹੱਲ ਤਾਂ ਫਿਰ ਨਿਕਲਣਾ ਜੇ ਬੈਕਲੋਗ ਐਂਟਰੀ ਸਟਾਰਟ ਹੋਵੇ। ਚਲੋ ਫਿਰ ਵੀ ਤੁਹਾਨੂੰ ਅਪਡੇਟ ਦੇਣੀ ਸੀ, ਤੁਹਾਨੂੰ ਦੇ ਦਿੱਤੀ ਹੈ ਜੀ। ਚਲੋ ਜੀ, ਮਿਲਦੇ ਹਾਂ ਤੁਹਾਨੂੰ ਅਗਲੀ ਨੈਕਸਟ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।